ਅਸਲਾਮ ਅਲੈਕਮ। ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਸੁਧੀਰ ਦੀਆਂ ਬੜੀਆਂ ਹੀ ਦੋ ਸੁਪਰ ਦੁਪਰ ਹਿੱਟ ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਔਰ ਇਹ ਫਿਲਮਾਂ ਨਾ ਸਿਰਫ ਇਹਨਾਂ ਦਾ ਮਿਊਜ਼ਿਕ ਅੱਛਾ ਸੀ ਬਲਕਿ ਇਹਨਾਂ ਦੀ ਕਹਾਣੀ ਵੀ ਬੜੀ ਸ਼ਾਨਦਾਰ ਸੀ। ਅਤੇ ਪਹਿਲੇ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਉਸ ਫਿਲਮ ਦਾ ਨਾਮ ਹੈ ਚੋਰ ਨਾਲੇ ਚਿੱਤਰ। 24 ਅਪ੍ਰੈਲ 1970 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਚੋਰ ਨਾਲੇ ਚਿੱਤਰ। ਇਸ ਫਿਲਮ ਨੂੰ ਰਿਆਜ਼ੀ ਪਿਕਚਰ ਨੇ ਰਿਲੀਜ਼ ਕੀਤਾ ਸੀ ਅਤੇ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ। ਇਸ ਫਿਲਮ ਦੇ ਅਦਾਕਾਰ ਹਨ ਸੁਧੀਰ, ਨਗਮਾ, ਸਲੋਨੀ, ਮਜ਼ਰ ਸ਼ਾਹ, ਰੰਗੀਲਾ, ਸੀਮਾ, ਜ਼ੁਲਫੀ, ਸ਼ੈਦਾ ਅਤੇ ਰਾਜ ਮੁਲਤਾਨੀ। ਹਦਾਇਤ ਰਿਆਜ਼ ਅਹਿਮਦ, ਫਿਲਮ ਸਾਜ਼ ਰਿਆਜ਼ ਅਹਿਮਦ, ਇਹਨੂੰ ਲਿਖਣ ਵਾਲੇ ਨੇ ਜ਼ਕੀ ਬੀਏ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਰਹਿਮਾਨ ਵਰਮਾ ਨੇ। ਇਹਦੇ ਸ਼ਾਇਰ ਹਨ ਅਹਿਮਦ ਰਾਈ, ਬਾਬਾ ਆਲਮ ਸਿਆਹ ਪੋਸ਼ ਅਤੇ ਮਨਜ਼ੂਰ ਜੱਲਾ। ਇਸ ਫਿਲਮ ਦੇ ਗੁਲਕਾਰਾ ਨੂਰਜਹਾਂ ਮਾਲਾ ਅਤੇ ਇਹਦੇ ਕੈਮਰਾਮੈਨ ਹਨ ਅਮਜਦ ਸ਼ਾਹ। ਇਸ ਫਿਲਮ ਦੇ 7 ਗਾਣੇ ਹਨ, 6 ਨੂਰਜਹਾਂ ਦੀ ਆਵਾਜ਼ 'ਚ ਹਨ ਅਤੇ 1 ਜਿਹੜਾ ਨਾ ਮਾਲਾ ਦੀ ਆਵਾਜ਼ ਵਿੱਚ ਏ। ਇਹਦਾ ਜਿਹੜਾ ਸਭ ਤੋਂ ਮਸ਼ਹੂਰ ਗਾਣਾ ਵੀ ਲੱਗੀਆਂ ਦੀ ਲੱਜ ਰੱਖ ਲਈ ਕਿਤੇ ਭੁੱਲ ਨਾ ਜਾਮੀ ਅਨਜਾਣਾ। ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਔਰ ਦੂਜੀ ਜਿਹੜੀ ਫਿਲਮ ਮੈਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਆਦੀ ਮੁਜਰਿਮ। ਅਠਾਈ ਮਾਰਚ 1975 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਦੇ ਜਿਹੜੇ ਟਾਈਟਲ ਰੋਲ ਇਹ ਅਦਾਕਾਰ ਸਾਵਨ ਨੇ ਅਦਾ ਕੀਤਾ ਸੀ ਅਤੇ ਆਪਣੇ ਦੌਰ ਦੀ ਬੜੀ ਹੀ ਅੱਛੀ ਔਰ ਬੜੀ ਹੀ ਸੁਪਰ ਦੁਪਰ ਹਿੱਟ ਫਿਲਮ ਸੀ। ਇਸ ਫਿਲਮ ਦੇ ਅਦਾਕਾਰ ਹਨ ਸੁਧੀਰ, ਆਸੀਆ, ਨਜਮਾ, ਮਸੂਦ ਅਖਤਰ, ਸਾਵਨ, ਬਹਾਰ, ਰੰਗੀਲਾ, ਸ਼ਾਹਨਵਾਜ਼, ਖਲੀਫਾ ਨਜ਼ੀਰ, ਜ਼ਰਕਾ, ਈਸ਼ਰ ਚੌਧਰੀ ਅਤੇ ਮੀਨਾ ਦਾਊਦ। ਹਦਾਇਤ ਰਹਿਮਤ ਅਲੀ, ਫਿਲਮ ਸਾਜ਼ ਤਾਰਕ ਮਸੂਦ ਕੁਰੇਸ਼ੀ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਬਖਸ਼ੀ ਵਜ਼ੀਰ ਨੇ। ਇਹਦੇ ਸ਼ਾਇਰ ਹਨ ਖਵਾਜਾ ਪਰਵੇਜ਼, ਗੁਲਕਾਰ ਨੂਰਜਹਾਨ, ਅਫਸ਼ਾਂ ਅਤੇ ਨੋਸ਼ੀ। ਇਹਦੇ ਕੈਮਰਾਮੈਨ ਫਸੀਉਰ ਰਹਿਮਾਨ ਹਨ। ਇਸ ਫਿਲਮ ਦੇ ਅੰਦਰ 6 ਗਾਣੇ ਨੇ। ਇਹ ਦੋਨੋਂ ਫਿਲਮਾਂ ਆਪਣੇ ਦੌਰ ਦੀਆਂ ਸੁਪਰ ਦੁਪਰ ਹਿੱਟ ਫਿਲਮਾਂ ਹਨ ਔਰ ਇਹ ਫਿਲਮਾਂ ਯੂਟਿਊਬ 'ਤੇ ਮੌਜੂਦ ਨਹੀਂ ਹਨ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।